ਪੰਜਾਬ ਅੰਦਰ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ। ਬੀਤੇ ਦਿਨੀ ਬਠਿੰਡਾ ਦੇ ਭਗਤਾ ਭਾਈਕਾ ਦੇ ਵਿੱਚ ਵੀ ਇੱਕ ਸਕੂਲ ਦੇ ਬਾਹਰ ਨੌਜਵਾਨ ਤੇ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਅੱਜ ਵੀ ਪੂਰੇ ਇਲਾਕੇ 'ਚ ਸਨਾਟਾ ਫੈਲਿਆ ਹੋਇਆ ਤੇ ਇਸੇ ਥਾਂ ਦਾ ਸਾਡੇ ਬਠਿੰਡਾ ਤੋਂ ਪੱਤਰਕਾਰ ਜੁਗਨੂ ਸ਼ਰਮਾ ਦੇ ਵੱਲੋਂ ਜਾਇਜ਼ਾ ਲਿਆ ਗਿਆ। ਇਸ ਵੇਲੇ ਅਸੀਂ ਉਸੇ ਜਗ੍ਹਾ ਤੇ ਮੌਜੂਦ ਹੈ ਜਿਸ ਜਗ੍ਹਾ ਤੇ ਇਹ ਵਾਰਦਾਤ ਹੋਈ ਹੈ। ਇਹ ਬੈਲੋ ਰੋਡ ਹੈ, ਭਾਈ ਬੈਲੋ ਰੋਡ ਹੈ ਤੇ ਇਸ ਜਗ੍ਹਾ ਤੇ ਦੱਸਿਆ ਜਾ ਰਿਹਾ ਹੈ ਕਿ ਦੋ ਗਰੁੱਪਾਂ ਦੇ ਵਿੱਚ ਝੜਪ ਹੋਈ ਤੇ ਇੱਕ ਲੜਕੇ ਵੱਲੋਂ ਜਿਹੜਾ ਫਾਇਰਿੰਗ ਕੀਤੀ ਗਈ। ਇਸ ਦੁਕਾਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੈਠੇ ਹੋਏ ਸੀ ਤੇ ਜਦੋਂ ਫਾਇਰਿੰਗ ਹੋਈ ਹੈ ਤਾਂ ਇੱਕ ਲੜਕੇ ਦੇ ਗਲੇ ਦੇ ਵਿੱਚ ਗੋਲੀ ਵੱਜੀ ਹੈ। ਉਸ ਤੋਂ ਬਾਅਦ ਜਿਹੜਾ ਝਗੜਾ ਹੋਰ ਵੀ ਵਧਿਆ ਹੈ। ਤਸਵੀਰਾਂ ਦੇਖ ਸਕਦੇ ਹੋ ਇੱਟਾਂ ਰੋੜੇ ਕਿਸ ਤਰ੍ਹਾਂ ਇਸ ਜਗ੍ਹਾ ਤੇ ਪਏ ਨੇ ਤੇ ਜਿਵੇਂ ਕਿ ਆਫ ਦੀ ਰਿਕਾਰਡ ਦੱਸ ਰਹੇ ਆ ਲੋਕ, ਕਿਉਂਕਿ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਡਰ ਬਣਿਆ ਹੋਇਆ ਹੈ ਲੋਕਾਂ ਦੇ ਮਨ ਦੇ ਵਿੱਚ, ਕਿਉਂਕਿ ਵਾਰਦਾਤ ਬੜੀ ਵੱਡੀ ਸੀ ਤੇ ਦੱਸ ਰਹੇ ਆ ਕਿ ਜਦੋਂ ਵਾਰਦਾਤ ਹੋਈ ਹੈ ਤਾਂ ਇੱਕ ਲੜਕੇ ਨੂੰ ਜਿਸ ਲੜਕੇ ਨੇ ਫਾਇਰਿੰਗ ਕੀਤੀ ਸੀ ਉਸਦੇ ਨਾਲ ਵਾਲੇ ਲੜਕੇ ਨੂੰ ਇੱਥੋਂ ਦੇ ਲੋਕਾਂ ਨੇ ਫੜਿਆ ਅਤੇ ਉਸਦੀ ਮਾਰਕੁੱਟ ਕੀਤੀ। ਤੁਸੀਂ ਜਿਵੇਂ ਕਿ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ, ਇਹ ਬਲੱਡ ਹੈ ਜਿਹੜਾ ਉਸੇ ਲੜਕੇ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਪਾਸੇ ਵੀ ਥੋੜ੍ਹਾ ਜਿਹਾ ਬਲੱਡ ਹੈ, ਉਹ ਵੀ ਉਸੇ ਲੜਕੇ ਦਾ ਦੱਸਿਆ ਜਾ ਰਿਹਾ ਹੈ। ਜਿਸ ਲੜਕੇ ਨੇ ਫਾਇਰਿੰਗ ਕੀਤੀ ਹੈ ਉਹ ਤਾਂ ਮੌਕੇ ਤੋਂ ਭੱਜ ਗਿਆ, ਪਰ ਜਿਹੜੇ ਉਸਦੇ ਨਾਲ ਸੀ ਉਹਨਾਂ ਦੇ ਵਿੱਚੋਂ ਇੱਕ ਲੜਕੇ ਨੂੰ ਇੱਥੋਂ ਦੇ ਲੋਕਾਂ ਨੇ ਫੜਿਆ ਅਤੇ ਉਸਦੀ ਮਾਰਕੁੱਟ ਕੀਤੀ। ਅਤੇ ਜਿਵੇਂ ਕਿ ਇੱਕ ਲੜਕਾ ਦੱਸਿਆ ਜਾ ਰਿਹਾ ਸੀ ਕਿ ਜਿਸਦੇ ਗੋਲੀ ਵੱਜੀ ਹੈ, ਗੁਰਪ੍ਰੀਤ ਸਿੰਘ ਨਾਂ ਦਾ ਜਿਹੜਾ ਲੜਕਾ ਸੀ ਉਸਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਜਿਹੜਾ ਅੱਗੇ ਉਸਨੂੰ ਰੈਫਰ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਜਾਣਕਾਰੀ ਮਿਲੀ ਸੀ ਕਿ ਕੋਈ ਕੁੜੀ ਵਗੈਰਾ ਛੇੜਨ ਦਾ ਮਾਮਲਾ ਸੀ, ਹਾਲਾਂਕਿ ਅਸੀਂ ਇੱਥੋਂ ਦੇ ਜਿਹੜੇ ਲੋਕਲ ਵਸਨੀਕ ਨੇ, ਇੱਥੋਂ ਦੇ ਆਂਢ ਗੁਆਂਢ ਵਾਲੇ ਨੇ, ਉਹਨਾਂ ਨਾਲ ਗੱਲਬਾਤ ਕੀਤੀ ਤਾਂ ਕੈਮਰੇ ਅੱਗੇ ਬੋਲਣ ਤੋਂ ਸਾਫ਼ ਮਨਾ ਕਰ ਰਹੇ ਹੈ, ਕਿਉਂਕਿ ਡਰ ਬਣਿਆ ਹੋਇਆ ਹੈ ਕਿ ਕੱਲ੍ਹ ਨੂੰ ਅਤੇ ਅੱਗੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੇ ਨਾਲ ਵਾਰਦਾਤ ਨਾ ਹੋ ਜਾਵੇ। ਉਹ ਤੁਸੀਂ ਦੇਖ ਰਹੇ ਹੋ ਜਿਹੜਾ ਟ੍ਰਾਂਸਫਾਰਮ ਉਸਦੇ ਨਾਲ ਬਿਲਕੁਲ ਇੱਕ ਗਲੀ ਮੁੜਦੀ ਹੈ ਅਤੇ ਉਸ ਜਗ੍ਹਾ 'ਤੇ ਇੱਕ ਸਰਕਾਰੀ ਗਰਲਸ ਸਕੂਲ ਜ਼ਰੂਰ ਹੈ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰ ਰਿਹਾ ਕਿ ਜਿਹੜੀ ਵਾਰਦਾਤ ਹੈ ਉਹ ਕੁੜੀਆਂ ਛੇੜਨ ਨੂੰ ਲੈ ਕੇ ਹੋਈ ਹੈ ਜਾਂ ਕਿਸੇ ਹੋਰ ਗੱਲਬਾਤ ਨੂੰ, ਕਿਉਂਕਿ ਹਰ ਇੱਕ ਜਿਹੜਾ ਇਨਸਾਨ ਹੈ ਇੱਥੋਂ ਦਾ ਡਰਿਆ ਹੋਇਆ ਹੈ। ਗਨ ਸ਼ੋਟ ਮਾਰਿਆ, ਜਿਹੜਾ ਫਾਇਰਿੰਗ ਹੋਈ ਹੈ ਅਤੇ ਇੱਕ ਲੜਕੇ ਦੇ ਵੱਜੀ ਵੀ ਹੈ, ਤਾਂ ਜਿਹੜਾ ਲੋਕ ਨੇ ਉਹ ਕੁਛ ਵੀ ਬੋਲਣ ਤੋਂ ਇਨਕਾਰ ਕਰ ਰਹੇ ਹੈ, ਕਿਉਂਕਿ ਆਉਣ ਵਾਲੇ ਦਿਨ ਜਿਹੜਾ ਅੱਗੇ ਕਿਸੇ ਤਰ੍ਹਾਂ ਦੀ ਉਹਨਾਂ ਦੇ ਨਾਲ ਨਾ ਵਾਰਦਾਤ ਹੋ ਜਾਵੇ ਤਾਂ ਕੁਝ ਵੀ ਦੱਸਣ ਤੋਂ ਉਹ ਮਨਾ ਕਰ ਰਹੇ ਹੈ। ਫਿਲਹਾਲ ਇੱਕ ਲੜਕੇ 'ਤੇ ਗੋਲੀ ਵੱਜੀ ਹੈ, ਪਰ ਜਿਸਨੇ ਗੋਲੀ ਮਾਰੀ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ। ਉਸਦੇ ਨਾਲ ਜਿਹੜਾ ਲੜਕਾ ਸੀ ਉਸ ਨੂੰ ਇੱਥੋਂ ਦੇ ਲੋਕਾਂ ਨੇ ਫੜ ਕੇ ਕੁੱਟਿਆ ਅਤੇ ਉਸ ਨੂੰ ਇੱਥੋਂ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਇਸ ਘਟਨਾ ਤੋਂ ਬਾਅਦ 3 ਨੌਜਵਾਨਾਂ ਤੇ ਮਾਮਲਾ ਦਰਜ ਕਰ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਸ ਮਾਮਲੇ ਨੂੰ ਪੁਰਾਣੀ ਰੰਜਿਸ਼ ਦੇ ਨਾਲ ਜੋੜ ਕੇ ਵੀ ਦੇਖ ਰਹੀ ਹੈ। ਅਸੀਂ FIR ਦਰਜ ਕਰ ਲਈ ਹੈ 3 ਦੋਸ਼ੀਆਂ ਦੇ ਖਿਲਾਫ, ਜਿਨ੍ਹਾਂ ਵਿੱਚੋਂ 2 ਦੀ ਅਰੈਸਟ ਹੋ ਚੁੱਕੀ ਹੈ ਔਰ ਇਹਨਾਂ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਇੱਕ ਹੋਰ ਵਾਰਦਾਤ ਵੀ ਜਿਹੜੀ ਕਲੀਅਰ ਹੋਈ ਆ। ਇਹਨਾਂ ਨੇ 20 ਤਰੀਕ ਦੀ ਈਵਨਿੰਗ ਨੂੰ ਇੱਕ ਗੱਡੀ ਸਨੈਚ ਕੀਤੀ ਸੀ ਗਨ ਪੁਆਇੰਟ 'ਤੇ, 2 ਮੋਟਰਸਾਈਕਲ 'ਤੇ ਔਰ ਕੁਛ ਅਣਪਛਾਤਿਆਂ ਦੇ ਨਾਂ 'ਤੇ ਜਿਹੜੀ FIR ਦਰਜ ਹੋਈ ਸੀ, ਜਿਹਦੇ ਵਿੱਚ ਅਸੀਂ 2 ਬੰਦਿਆਂ ਨੂੰ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ। ਉਹਦੇ ਵਿੱਚੋਂ ਗੱਡੀ ਵੀ ਬਰਾਮਦ ਹੋ ਗਈ ਆ ਔਰ ਇੱਕ ਮੋਬਾਈਲ ਗਿਆ ਸੀ ਗੱਡੀ 'ਚ, ਉਹ ਵੀ ਬਰਾਮਦ ਹੋ ਗਿਆ ਅਤੇ ਜਿਹੜੇ ਮੌਕੇ 'ਤੇ ਜਿਹੜੇ ਮੋਟਰਸਾਈਕਲ ਵਰਤੇ ਗਏ ਸੀਗੇ ਦੋਨੋਂ, ਉਹ ਵੀ ਰਿਕਵਰ ਹੋ ਗਏ। ਐਕਚੁਲੀ ਇਹ 2 ਧੜੇ ਸੀਗੇ ਜਿਨ੍ਹਾਂ ਦੀ ਆਸ ਵਿੱਚ ਪਹਿਲਾਂ ਹੀ ਖਿੱਚਣਬਾਜ਼ੀ ਚੱਲ ਰਹੀ ਸੀ, ਜਿਹਦੇ ਕਰਕੇ ਇਹਨਾਂ ਦਾ ਕੱਲ੍ਹ ਝਗੜਾ ਹੋਇਆ। ਸੋ ਇਹਨਾਂ ਦੀ ਪੁੱਛਗਿੱਛ ਕਰਾਂਗੇ, ਕੋਈ ਗੈਂਗਸਟਰ ਇਸ ਵਾਰਦਾਤ ਤੋਂ ਸਿਵਾਏ ਵੀ ਕੋਈ ਉਹੋ ਜਿਹੀ ਵਾਰਦਾਤ ਇਹਨਾਂ ਨੇ ਹੋਰ ਕੀਤੀ ਹੈ ਕਿ ਨਹੀਂ ਕੀਤੀ, ਜਾਂ ਕਿਹੜੇ ਗੈਂਗਸਟਰ ਗਰੁੱਪ ਨਾਲ ਕੋਈ ਰਿਲੇਟਡ ਹੈ ਕਿ ਨਹੀਂ ਹੈ, ਇਹਨਾਂ ਦੀ ਪੁੱਛਗਿੱਛ ਕਲੀਅਰ ਹੋ। ਖੈਰ, ਪੁਲਿਸ ਫੜੇ ਗਏ ਮੁਲਾਜ਼ਮਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹਨਾਂ ਸੰਬੰਧੀ ਹੋਰ ਵੀ ਖੁਲਾਸੇ ਹੋ ਸਕਣ। ਪੁਲਿਸ ਨੂੰ ਫੜੇ ਗਏ ਮੁਲਜ਼ਮਾਂ ਦੇ ਗੈਂਗਸਟਰਾਂ ਦੇ ਕਨੈਕਸ਼ਨ ਹੋਣ ਦਾ ਵੀ ਸ਼ੱਕ ਹੈ। ਬਠਿੰਡਾ ਤੋਂ ਜੁਗਨੂ ਸ਼ਰਮਾ, ਦੈਨਿਕ ਸਵੇਰਾ TV।